ਜ਼ਰੀਨਾ ਬਲੋਚ ਦੀ ਕਹਾਣੀ ਜੀਜੀ ਦਾ ਬਾਕੀ ਦਾ ਭਾਗ ਉਹਦੀ بیوی ਬੇਕਾਰ ਤੇ ਝਗੜਾਲੂ ਔਰਤ ਸੀ ਮਾਸੀ ਜਤਲ ਕਦੇ-ਕਦੇ ਕਹਿੰਦੀ ਸੀ ਖੁਦਾ ਦੀ ਕੁਦਰਤ ਦੇਖੋ ਕਿ ਅਬਦੁੱਲਾ ਕਿੰਨਾ ਚੰਗਾ ਤੇ ਖੂਬਸੂਰਤ ਮੋਰ ਵਰਗਾ ਹੈ ਤੇ بیوی ਕਈ ਬੇਕਾਰ ਤੇ ਬਦਸ਼ਕਲ ਮਿਲੀਏ ਸਾਰਾ ਦਿਨ ਘਰੇ ਅਗਮਚਾਈ ਰੱਖਦੀ ਏ ਅਬਦੁੱਲਾ ਵਿਚਾਰਾ ਸਾਰਾ ਦਿਨ بیوی ਦੀਆਂ ਪੁੱਠੀਆਂ ਸਿੱਧੀਆਂ ਸੁਣਦਾ ਰਹਿੰਦਾ ਤੇ ਕਦੇ ਕੁਝ ਕਹਿੰਦਾ ਹੀ ਨਹੀਂ ਤੇ ਕੋਈ ਹੋਰ ਮਰਦ ਹੁੰਦਾ ਤੇ ਉਹਨੂੰ ਪਤਾ ਲੱਗ ਜਾਂਦਾ ਤੇ ਦੁਪਹਿਰ ਨੂੰ ਅੰਮੀ ਦੀ ਸਲਵਾਰ ਲੈ ਕੇ ਮੈਂ ਤੇ ਅੰਮੀ ਜੀਜੀ ਦੇ ਘਰ ਗਏ ਜੀਜੀ ਕੋਠੜੀ ਦੇ ਬੂਹੇ ਤੇ ਖੜੀ ਸੀ ਤੇ ਚਾਚੀ ਅਬਦੁੱਲਾ ਨਾਲ ਗੱਲਾਂ ਕਰ ਰਹੀ ਸੀ ਸਾਨੂੰ ਦੇਖ ਕੇ ਕੁਝ ਘਬਰਾਹ ਜੀ ਗਈ ਫਿਰ ਅੰਮੀ ਨੂੰ ਕਹਿਣ ਲੱਗੀ ਭੈਣਾ ਖੁਸ਼ ਆਮਦੀਦ ਅੰਮੀ ਹਸਦੀ ਹੋਈ ਵੇੜੇ ਚਾ ਕੇ ਬੈਠ ਗਈ ਤੇ ਜੀਜੀ ਮਸ਼ੀਨ ਕੋਲ ਜਾ ਕੇ ਬੈਠ ਗਈ ਨਾਨੀ ਪਈ ਪਈ ਬੁੜਬੁੜ ਕਰ ਰਹੀ ਸੀ ਮੈਂ ਕਿਹਾ ਪਾਣੀ ਚਾਹੀਦਾ ਏ ਕਿ ਨਹੀਂ ਨਹੀਂ ਤੇ ਮੈਂ ਪੁੱਛਿਆ ਜੀਜੀ ਨਾਨੀ ਕੀ ਕਹਿ ਰਹੀ ਏ ਜੀਜੀ ਨੇ ਕੀ ਇਹ ਦੀ ਤਮਤ ਮਾਰੀ ਗਈ ਐ ਸਾਰਾ ਦਿਨ ਐਵੇਂ ਬੜਬੜ ਕਰਦੀ ਰਹਿੰਦੀ ਐ ਮੇਰਾ ਲੋਹ ਪੀਤਾ ਹੋਇਆ ਨਾ ਮਰਦੀ ਐ ਨਾ ਮੰੰਜਾ ਛੱਡਦੀ ਐ ਇਹ ਸੁਣ ਕੇ ਅੰਮੀ ਨੇ ਜੀਜੀ ਨੂੰ ਕਿਹਾ ਕੱਜੂ ਭੈਣ ਮਾਂ ਦਾ ਦਿਲ ਦੁਖਾਉਣਾ ਬੜੀ ਬੁਰੀ ਗੱਲ ਐ ਮਾਂ ਫਿਰ ਮਾਂ ਐ ਭਾਵੇਂ ਕਿਹੋ ਜੀ ਕਿਉਂ ਨਾ ਹੋਵੇ ਜੀਜੀ ਨੇ ਜਵਾਬ ਦਿੱਤਾ ਭੈਣ ਹੁਣ ਤੂੰ ਹੀ ਇਨਸਾਫ ਕਰ ਦੇਖ ਤਾਂ ਕੋਈ ਆਦਮੀ ਜਦੋਂ ਵੀ ਕੱਪੜੇ ਸੁਵਾਣ ਲਈ ਆਉਂਦਾ ਐ ਅੰਮਾ ਦੇ ਅੱਗ ਲੱਗ ਜਾਂਦੀ ਐ ਇੱਕ ਤਾਂ ਇੰਨੀ ਮਿਹਨਤ ਕਰਕੇ ਖੁਆਣੀ ਆ ਉਪਰੋਂ ਇਹਨਾਂ ਦੀ ਦਿਨ ਰਾਤ ਦੀ ਟੱਟਰ ਸੁਣਦੀਆਂ ਵੱਡੀ ਧੀ ਦੀ ਸ਼ਾਨ ਨਾਲ ਸ਼ਾਦੀ ਕਰਵਾ ਦਿੱਤੀ ਮੇਰੇ ਤੇ ਆਪਣੇ ਪੁੱਤਰ ਲਈ ਕੁਝ ਜੋ ਕੁਝ ਕੀਤਾ ਉਹ ਤੇਰੇ ਸਾਹਮਣੇ ਐ ਸਾਨੂੰ ਬਿਠਾ ਲਿਆ ਇਹ ਕਹਿੰਦੇ ਆ ਕਹਿੰਦੇ ਆ ਜੀਜੀ ਦੀਆਂ ਅੱਖਾਂ ਚੱਥਰੂ ਆ ਗਈ ਤੇ ਫਿਰ ਉੱਚੀ ਉੱਚੀ ਰੋਣ ਲੱਗ ਪਈ ਅੰਮੀ ਉਹਨੂੰ ਬਾਹ ਫੜ ਕੇ ਸਮਝਾਉਣ ਲੱਗੀ ਮੈਂ ਘਬਰਾ ਕੇ ਅੰਮੀ ਨੂੰ ਪੁੱਛਿਆ ਅੰਮੀ ਫੇਰ ਮਾਮਾ ਜੀਜੀ ਦੀ ਸ਼ਾਦੀ ਕਿਉਂ ਨਹੀਂ ਕਰ ਦਿੰਦਾ ਅੰਮੀ ਨੇ ਦੱਸਿਆ ਬੇਟਾ ਮਾਮੇ ਦੀ ਵੀ ਸ਼ਾਦੀ ਹੋ ਚੁੱਕੀ ਐ ਤੇ ਜੀਜੀ ਵੀ ਵਿਆਹੀ ਹੋਈ ਤੇ ਅਮੀ ਫਿਰ ਜੀਜੀ ਆਪਣੇ ਘਰ ਕਿਉਂ ਨਹੀਂ ਚਲੀ ਜਾਂਦੀ ਬੇਟਾ ਇਹ ਵੱਟੇ ਦੇ ਰਿਸ਼ਤੇ ਨੇ ਜਿਵੇਂ ਤੁਸੀਂ ਗੁੱਡੀਆਂ ਵਟਾ ਕੇ ਸ਼ਾਦੀ ਕਰ ਲੈਂਦੇ ਹੋ ਫਿਰ ਕਿਸੇ ਨਾ ਕਿਸੇ ਗੱਲ ਤੇ ਗੁੱਸੇ ਚ ਆ ਕੇ ਆਪਣੇ ਕੋਲ ਵਾਪਸ ਲੈ ਆਉਂਦੇ ਹੋ ਇੰਜ ਹੀ ਇਹ ਨਾ ਭੈਣ ਭਾਈ ਨਾਲ ਹੋਈ ਅਮੀ ਮੇਰੀਆਂ ਗੁੱਡੀਆਂ ਤਾਂ ਗੁੱਸੇ ਦੇ ਬਾਅਦ ਵੀ ਆਪਣੇ ਸ਼ੌਹਰ ਨਾਲ ਆਪਣੇ ਸਾਰੇ ਘਰ ਚ ਲੀਆਂ ਜਾਂਦੀਆਂ ਨੇ ਤੇ ਫਿਰ ਆਪਣੇ ਆਪਣੇ ਘਰਾਂ ਚ ਰਹਿੰਦੀਆਂ ਨੇ ਬੇਟਾ ਮਾਮਾ ਬਿਲਕੁਲ ਬੋਲਾ ਉਹਦੀ بیوی ਬੜੀ ਖੂਬਸੂਰਤ ਹੈ ਇੰਨੀ ਖੂਬਸੂਰਤ ਕੇ ਬਸ ਦੇਖਦੇ ਰਹੋ ਪਰ ਉਹ ਮਾਮੇ ਕੋਲ ਨਹੀਂ ਰਹਿੰਦੀ ਮਾਮੇ ਨੇ ਉਹਦਾ ਬਦਲਾ ਹੀ ਲਿਆ ਕਿ ਜੀਜੀ ਨੂੰ ਆਪਣੇ ਘਰ ਬਿਠਾ ਲਿਆ ਉਹਦੇ ਸ਼ੌਰ ਕੋਲ ਨਹੀਂ ਭੇਜਿਆ ਇਸੇ ਤਰ੍ਹਾਂ ਕਿੰਨੇ ਸਾਲ ਬੀਤ ਗਏ ਨੇ ਵਿਚਾਰੀ ਬੈਠੀ ਬੈਠੀ ਸੜ ਕੇ ਸੁਆਹ ਹੋ ਗਈ ਇਹਦਾ ਸ਼ੌਰ ਇਹਨੂੰ ਖੁਦ ਲੈਣ ਕਿਉਂ ਨਹੀਂ ਆਉਂਦਾ ਮੈਂ ਇਤਰਾਜ਼ ਕੀਤਾ ਕਮਲਿਆ ਇਹ ਘਰ ਵਾਲਾ ਵਿਚਾਰਾ ਤੈਨੂੰ ਲੈ ਜਾਣਾ ਚਾਹੁੰਦਾ ਪਰ ਮਾਮਾ ਇਹਨੂੰ ਜਾਣ ਨਹੀਂ ਦਿੰਦਾ ਇੱਕ ਦਿਨ ਮਹੱਲੇ 'ਚ ਵਢੇਰੇ ਨੇ ਦਾਵਤ ਕੀਤੀ ਸਾਨੂੰ ਤੇ ਜੀਜੀ ਨੂੰ ਵੀ ਸੱਤਾ ਆਇਆ ਰਾਤ ਦੇ 8 ਵਜੇ ਮੈਂ ਤੇ ਅੰਮੀ ਜੀਜੀ ਨਾਲ ਦਾਬਤ ਚ ਗਏ ਕੋਈ ਘੰਟਾ ਬੈਠੇ ਹੋਵਾਂਗੇ ਕਿ ਜੀਜੀ ਅੰਮੀ ਨੂੰ ਇਸ਼ਾਰਾ ਕਰਦੀ ਉੱઠી ਅਸੀਂ ਔਰਤਾਂ ਵਿੱਚ ਘਰੋਂ ਨਿਕਲ ਆਈਆਂ ਜਦੋਂ ਅਸੀਂ ਗਲੀ ਦੇ ਨੇੜੇ ਪਹੁੰਚਿਆ ਤਾਂ ਜੀਜੀ ਨੇ ਅੰਮੀ ਨੂੰ ਕਿਹਾ ਤੁਸੀਂ ਚਲੋ ਮੈਂ ਜ਼ਰਾ ਅਬਦੁੱਲਾ ਦੀ ਬੀਵੀ ਨੂੰ ਮਿਲ ਕੇ ਆਨੀ ਹਾਂ ਮੈਂ ਅੰਮੀ ਨੂੰ ਪੁੱਛਿਆ ਚਾਚੇ ਦੀ ਘਰ ਵਾਲੀ ਤਾਂ ਕਦੀ ਜੀਜੀ ਨੂੰ ਮਿਲਣ ਨਹੀਂ ਉਹਦੇ ਘਰ ਨਹੀਂ ਆਉਂਦੀ ਅੰਮੀ ਨੇ ਕਿਹਾ ਬੇਟਾ ਕੋਈ ਜ਼ਰੂਰੀ ਕੰਮ ਹੋਏਗਾ ਤਦੇ ਤਾਂ ਉੱਥੇ ਗਈਏ ਪਰ ਅੰਮੀ ਮੈਨੂੰ ਪੱਕੀ ਤਰ੍ਹਾਂ ਪਤਾ ਹੈ ਕਿ ਅਜ ਅਬਦੁੱਲਾ ਦੀ ਘਰ ਵਾਲੀ ਘਰੇ ਨਹੀਂ ਹੈ ਉਹ ਤਾਂ ਆਪਣੇ ਰਿਸ਼ਤੇਦਾਰਾਂ ਦੀ ਗਈ ਹੋਈ ਹੈ। ਅੰਮੀ ਨੇ ਹਿਰਕ ਕੇ ਮੈਨੂੰ ਝਿੜਕਦਿਆਂ ਕਿਆ ਕੁੜੀਏ ਚੁੱਪ ਹੋ ਜਾ। ਫਜ਼ੂਲ ਗੱਲਾਂ ਕਰਨ ਦੀ ਤੈਨੂੰ ਆਦਤ ਜੀ ਹੋ ਗਈ ਹੈ। ਇਸ ਪਿਛੋਂ ਅਬਦੁੱਲਾ ਦੀ ਬੀਵੀ ਤੇ ਜੀਜੀ ਇੱਕ ਪਾਸੇ ਦੂਜੇ ਕੋਲ ਆਉਂਦੀਆਂ ਜਾਂਦੀਆਂ ਰਹੀਆਂ। ਜੀਜੀ ਉਹ ਤੋਂ ਕੱਪੜਿਆਂ ਦੀ ਸਵੈ ਦੇ ਪੈਸੇ ਵੀ ਨਹੀਂ ਸੀ ਲੈਂਦੀ ਕਹਿੰਦੀ ਸੀ ਮੇਰੀ ਬਿਮਾਰੀ ਦੇ ਦਿਨਾਂ 'ਚ ਉਹਨਾਂ ਲੋਕਾਂ ਮੇਰੇ ਤੇ ਬੜੇ ਐਸਾਨ ਕੀਤੇ ਨੇ। ਤੇ ਜਦੋਂ ਕਦੀ ਜੀਜੀ ਕੋਈ ਖਾਸ ਚੀਜ਼ ਬਣਾਉਂਦੀ ਤਾਂ ਅਬਦੁੱਲਾ ਦੀ ਬੀਵੀ ਨੂੰ ਜ਼ਰੂਰ ਭੇਜਦੀ। ਇੱਕ ਦਿਨ ਨਾਨੀ ਮਰ ਗਈ। ਘਰ 'ਚ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਤੇ ਜੀਜੀ ਦੀ ਭੈਣ ਤੇ ਆਣਗਵਣ ਦੀਆਂ ਔਰਤਾਂ ਆਈਆਂ ਫਿਰ ਕਈ ਦਿਨ ਤੱਕ ਔਰਤਾਂ ਫਾਤਾ ਪੜਨ ਲਈ ਆਉਂਦੀਆਂ ਰਹੀਆਂ ਜੀਜੀ ਵਾਰੀ-ਵਾਰੀ ਨਾਨੀ ਨੂੰ ਯਾਦ ਕਰਕੇ ਰੋਂਦੀ ਰਹੀ ਤੇ ਚਾਚੇ ਅਬਦੁੱਲਾ ਨੂੰ ਵੀ ਬੜਾ ਦੁੱਖ ਹੋਇਆ ਉਹ ਸਵੇਰੇ ਸ਼ਾਮ ਜੀਜੀ ਨੂੰ ਤਸੱਲੀ ਦੇਣ ਲਈ ਆ ਜਾਂਦਾ ਸੀ ਇੱਕ ਦਿਨ ਮੈਂ ਤੇ ਅੰਮੀ ਜੀਜੀ ਦੇ ਘਰ ਆਈਆਂ ਤਾਂ ਜੀਜੀ ਵੱਡੀ ਕੋਠੜੀ ਦੀ ਕੰਧ ਟੁਆ ਰਹੀ ਸੀ ਅੰਮੀ ਨੇ ਪੁੱਛਿਆ ਕਿਉਂ ਟੁਆ ਰਹੀ ਹੈ ਉਹਨੇ ਜਵਾਬ ਵਿੱਚ ਕਿਹਾ ਭੈਣ ਮੈਂ ਇਕੱਲੀ ਆ ਜੀਬੜਾ ਖਬਰਾਂ ਦਾ ਅੱਜ ਕੱਲ ਭਰਾ ਵੀ ਕੰਮ ਤੇ ਗਿਆ ਹੋਇਆ ਹੈ। ਅਬਦੁੱਲਾ ਦੀ ਬੀਬੀ ਨੇ ਕਿਹਾ ਕੰਧ 'ਚ ਤਾਕੀ ਬਣਵਾ ਲੈ। ਇੱਕ ਦੂਜੇ ਨਾਲ ਗੱਲਬਾਤ ਤਾਂ ਕਰ ਸਕਾਂਗੇ। ਅਮੀਨੇ ਕਹ ਭਰਾ ਤੋਂ ਵੀ ਪੁੱਛ ਲਿਆ ਹੈ ਕਿ ਇੰਜ ਨਾ ਹੋਇਓ ਆਕੇ ਤੇਰੇ ਨਾਲ ਲੜੇ। ਜੀਜੀ ਕਹਿਣ ਲੱਗੀ ਹਾਂ ਭੈਣੋ ਤੋ ਇਜਾਜ਼ਤ ਲੈ ਲਈਏ। ਵਰਨਾ ਮੈਂ ਆਪਣੀ ਕਿੰਜ ਚਲਾਉਂਦੀ। ਜੀਜੀ ਦੀ ਇਸ ਗੱਲ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਸਵੇਰੇ ਹੁੰਦਿਆਂ ਹੀ ਅੱਬੂ ਦੇ ਜਾਣ ਪਿੱਛੋਂ ਮੈਂ ਪੌੜੀ ਤੇ ਚੜ੍ਹ ਕੇ ਜੀਜੀ ਨੂੰ ਪੁੱਛਿਆ ਜੀਜੀ ਤਾਕੀ ਬਣ ਗਈ। ਜੀਜੀ ਨੇ ਦੱਸਿਆ ਹਾਂ ਮੰਮੜੀ ਬਾਰੀ ਰਾਤ ਨੂੰ ਹੀ ਲਾ ਦਿੱਤੀ ਸੀ ਮੈਂ ਦੌੜ ਕੇ ਆਈ ਅੰਮੀ ਨੂੰ ਗੱਲ ਦੱਸੀ ਅੰਮੀ ਜੀਜੀ ਕੇ ਘਰ ਤੱਕ ਹੀ ਬਣ ਗਈ ਐ ਅੰਮੀ ਨੇ ਕਿਹਾ ਹਾਂ ਬੇਟਾ ਹੁਣ ਜੀਜੀ ਦਾ ਦਿਲ ਨਹੀਂ ਘਬਰਾਏਗਾ ਫਿਰ ਜ਼ਬੀ ਆਈ ਕਹਨ ਲੱਗੀ ਭੈਣ ਤੇਰੀਆਂ ਗੁੱਡੀਆਂ ਨੂੰ ਮੇਰੀਆਂ ਗੁੱਡੀਆਂ ਦਾਵਤ ਦੇਣ ਆਈਆਂ ਕੱਲ ਮੰਗਣੀ ਪਰਸੋਂ ਕੀ 15ਵੀਂ ਨੂੰ ਮਹਿੰਦੀ ਤੇ 16 ਤਰੀਕ ਦੀ ਰਾਤ ਨੂੰ ਸ਼ਾਦੀ ਹੋਏਗੀ ਮੈਂ ਆਪਣੀਆਂ ਗੁੱਡੀਆਂ ਦੀ ਤਿਆਰੀ 'ਚ ਲੱਗ ਗਈ ਤੇ ਜੀਜੀ ਦੀ ਆਵਾਜ਼ ਬੜੀ ਸੁਰੀਲੀ ਸੀ ਉਨੁਸ਼ਾ ਲਤੀਫ ਦੇ ਬਹੁਤ ਸਾਰੇ ਕਲਾਮ ਜ਼ਬਾਨੀ ਯਾਦ ਸਨ ਕਦੇ-ਕਦੇ ਉਹ ਗੁੰਗਣਾਉਂਦੀ ਵੀ ਹੁੰਦੀ ਸੀ ਤੇ ਮੈਂ ਬੈਠ ਕੇ ਸੁਣਦੀ ਸੀ ਉਨੁਸ਼ਾ ਦਾ ਕਲਾਮ ਬੜਾ ਪਸੰਦ ਸੀ ਅਜਿਆ ਕਲਾਮ ਜਿਸ ਚ ਦਰਦ ਹੁੰਦਾ ਸੀ ਕਦੇ-ਕਦੇ ਉਹ ਮੈਨੂੰ ਕਹਿੰਦੀ ਸੀ ਕਿ ਫਲਾਣੀ ਕਾਫੀ ਗਾ ਕੇ ਸੁਣਾ ਫਿਰ ਖੁਦ ਹੀ ਸ਼ਾ ਦਾ ਦਰਦ ਭਰਿਆ ਕਲਾਮ ਗੁੰਗਣਾਉਣ ਲੱਗਦੀ ਸੀ ਇੱਕ ਦਿਨ ਸ਼ਾਮ ਨੂੰ ਹਲਕੀ-ਹਲਕੀ ਬੂੰਦਾ ਬੰਦੀ ਹੋਈ ਸੀ ਠੰਡੀ-ਠੰਡੀ ਹਵਾ ਚੱਲ ਰਹੀ ਸੀ ਜੀਜੀ ਸਾਡੇ ਘਰ ਸੀ ਅਸੀਂ ਤਿੰਨੋ ਵੇੜੇ 'ਚ ਬੈਠੀਆਂ ਸਾਂ ਤੇ ਬੱਦਲਾਂ ਦਾ ਤਮਾਸ਼ਾ ਵੇਖ ਰਹੀਆਂ ਸੀ ਤੇ ਜੀਜੀ ਨੇ ਕਿਹਾ ਸ਼ੋ ਉਹ ਕਾਫੀ ਤਾਂ ਸੁਣਾ ਉਹਨੇ ਕਾਫੀ ਦੇ ਪਹਿਲੇ ਬੋਲ ਦੱਸੇ ਮੈਂ ਕਿਹਾ ਨਹੀਂ ਅੱਜ ਤਾਂ ਕੋਈ ਹੋਰ ਕਾਫੀ ਸੁਣਾਓ ਜੀਜੀ ਨੇ ਫੇਰ ਇੱਕ ਕਾਫੀ ਸੁਣਾਈ ਮੈਂ ਕਾਫੀ ਪਹਿਲਾਂ ਕਦੀ ਨਹੀਂ ਸੁਣੀ ਇਹ ਕਾਫੀ ਜੀਜੀ ਨੇ ਮੌਤ ਜਾ ਕੇ ਕਾਫੀ ਸੁਰੀਲੀ ਆਵਾਜ਼ 'ਚ ਸੁਣਾਈ ਤੇ ਮੈਂ ਪਹਿਲਾਂ ਉਹਨੂੰ ਕਦੀ ਇਸ ਅੰਦਾਜ਼ 'ਚ ਗਾਉਂਦਿਆਂ ਨਹੀਂ ਸੁਣਿਆ ਸੀ ਮੈਂ ਸੋਚਿਆ ਜੇ ਜੇ ਵੀ ਇਸੇ ਵੇਲੇ ਇੱਥੇ ਹੁੰਦੀ ਤਾਂ ਝੂਮਰ ਨੱਚਦੀ ਤੇ ਜੀਜੀ ਦੀਆਂ ਅੱਖਾਂ ਚਮਕ ਰਹੀਆਂ ਸਾਨੂੰ ਦੇਖ ਖੂਬਸੂਰਤ ਚਿਹਰੇ ਤੇ ਹੋਰ ਰੌਣਕ ਆ ਗਈ ਸੀ ਦਿਲੀ ਦਿਲ ਚ ਪਤਾ ਨਹੀਂ ਕੀ ਕੀ ਸੋਚਦੀ ਰਹੀ ਤੇ ਜੀਜੀ ਦੀਆਂ ਗੱਲਾਂ ਤੇ ਅਥਰੂ ਡਲ ਕਾਇ ਸਨ ਤੇ ਫਿਰ ਉਹਨੇ ਦੂਜੀ ਕਾਫੀ ਗਾਈ ਮੇਰੇ ਦਿਲ ਚ ਕਦੀ ਇੰਨੇ ਜਜ਼ਬਾਤ ਨਹੀਂ ਉੱਠੇ ਸੀ ਮੇਰਾ ਗੱਜ ਚ ਭਾਰ ਆਇਆ ਤੇ ਮੈਂ ਆਪਣਾ ਮੂੰਹ ਦੂਜੇ ਪਾਸੇ ਭੁਆ ਕੇ ਅਥਰੂ ਪੂੰਝ ਲਏ 15-20 ਦਿਨ ਅਸੀਂ ਦੀਦੀ ਦੇ ਘਰ ਨਹੀਂ ਜਾ ਸਕੇ ਅੰਮੀ ਤੇ ਅੱਬੂ ਘਰ ਦੀ ਮੁਰੰਮਤ ਕਰਵਾ ਰਹੇ ਸੀ ਮੇਰੇ ਤੇ ਭਰਾ ਦੇ ਹੱਥ ਮਿੱਟੀ 'ਚ ਸਨ ਇੱਕ ਦਿਨ ਅੰਮੀ ਮਿੱਟੀ 'ਚ ਰੀਣ ਰਲਾ ਰਹੀ ਸੀ ਤਾਂ ਮਾਸੀ ਰਹਿ ਰਹੀ ਮੰਨੇ ਦਰਵਾਜ਼ੇ 'ਚ ਉਹ ਕਿਹਾ ਬੱਚੋ ਇੱਧਰ ਤੇ ਆ ਅੰਮੀ ਨੇ ਮਿੱਟੀ ਭਰੇ ਹੱਥ ਸਾਫ਼ ਕੀਤੇ ਤੇ ਜਾ ਕੇ ਮਾਸੀ ਨਾਲ ਗੱਲਾਂ ਕਰਨ ਲੱਗੀ ਮੈਂ ਉਹਨਾਂ ਦੀ ਕੁਸਰ-ਫੁਸਰ ਨਹੀਂ ਸੁਣੀ ਬਸ ਇਹਨਾਂ ਸੁਣਿਆ ਅੰਮੀ ਕਹਿ ਰਹੀ ਸੀ ਤੂੰ ਚੱਲ ਮੈਂ ਆਉਣੀ ਆ ਮਾਸੀ ਚਲੀ ਗਈ ਅੰਮੀ ਨੇ ਆ ਕੇ ਅੱਬੂ ਨੂੰ ਕਿਹਾ ਜਾਨੀ ਭੈਣ ਕਜ਼ੂ ਦੀ ਤਬੀਅਤ ਖਰਾਬ ਹੋ ਗਈ ਹੈ ਮੈਂ ਉਹਨੂੰ ਦੇਖ ਕੇ ਹੁਣੇ ਆਉਣੀ ਆ। ਇਹ ਕਹਿ ਕੇ ਅੰਮੀ ਨੇ ਚੰਗੀ ਤਰ੍ਹਾਂ ਹੱਥ ਧੋਤੇ ਮੈਨੂੰ ਨਾਲ ਲੈ ਕੇ ਜੀਜੀ ਦੇ ਘਰ ਆਈ। ਜੀਜੀ ਵੇੜੇ ਵਾਲੀ ਹੋਦੀ 'ਚ ਉਲਟੀਆਂ ਕਰ ਰਹੀ ਸੀ। ਅੰਮੀ ਨੇ ਉਹਦੀ ਪਿੱਠ ਤੇ ਹੱਥ ਰੱਖਿਆ, ਮਾਸੀ ਰਹੀਮਨ ਵੀ ਖੜੀ ਸੀ। ਅੰਮੀ ਨੇ ਕਿਹਾ ਅਚਾਨਕ ਇਹਨੂੰ ਇਹ ਕੀ ਹੋ ਗਿਆ? ਮਾਸੀ ਰਹੀਮਨ ਨੇ ਕਿਹਾ ਚਾਰ ਦਿਨਾਂ ਦੀ ਕਹਿ ਰਹੀ ਸੀ ਜੀ ਕੱਚਾ ਕੱਚਾ ਹੋ ਰਿਹਾ। ਮੈਂ ਸਮਝਿਆ ਸ਼ਾਇਦ ਉਹਨਜੀ ਕੁਝ ਹੋ ਗਿਆ। ਮੈਂ ਬੜੀ ਕੋਸ਼ਿਸ਼ ਕੀਤੀ ਪਰ ਕੁਝ ਫਾਇਦਾ ਨਹੀਂ ਹੋਇਆ। ਕੱਲ ਦੀ ਦੂਜੀ ਦਵਾਈ ਪੀ ਰਹੀ ਏ, ਜਲੇਖਾ ਛਾਂਗਣ ਨੇ। ਇਲਾਜ ਦੱਸਿਆ ਸੀ ਪਰ ਉਸ ਨਾਲ ਕੋਈ ਫਰਕ ਨਹੀਂ ਪਿਆ ਰਾਤੀ ਫਿਰ ਜਮਾਲ ਕੋਟੇ ਦਾ ਜੁਲਾਬ ਲਿਆਏ ਹੁਣ ਤਾਂ ਸਵੇਰ ਦੀ ਉਲਟੀਆਂ ਕਰ ਰਹੀ ਏ ਅੰਮੀ ਨੇ ਜਿਵੇਂ ਜਮਾਲ ਕੋਟੇ ਦਾ ਨਾਮ ਸੁਣਿਆ ਫੌਰਨ ਆਪਣੇ ਕੋਲੋਂ 1.5 ਰੁਪਏ ਦਿੱਤਾ ਤਾਂ ਕਿ ਉਹ ਦੇਸੀ ਘਿਓ ਖਰੀਦ ਕੇ ਲਿਆਏ ਤੇ ਮਾਸੀ ਰਹੀ ਮੰਨ ਦੇ ਜਾਣ ਪਿੱਛੋਂ ਅੰਮੀ ਨੇ ਜੀਜੀ ਨੂੰ ਮੰਜੀ ਤੇ ਪਾਤ ਤਾ ਤੇ ਕਿਹਾ ਕਾਲਾ ਮੂੰਹ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸੋਚ ਸਮਝ ਕੇ ਕਦਮ ਚੁੱਕੀ ਹੁਣ ਵੇਲਾ ਖੁੰਝ ਗਿਆ ਜੀਜੀ ਨੇ ਕੋਈ ਜਵਾਬ ਨਾ ਦਿੱਤਾ ਅਬਦੁੱਲਾ ਨੂੰ ਦੱਸਿਆ ਉਨੇ ਹੀ ਤਾਂ ਲਿਆ ਕੇ ਦਿੱਤਾ ਹੈ ਇੱਧਰ ਉੱਧਰ ਦੀਆਂ ਦਵਾਈਆਂ ਨਾਲ ਤਾਂ ਤਾਂ ਕੋਈ ਅਸਰ ਹੀ ਨਹੀਂ ਸੀ ਹੋਇਆ ਅੰਮੀ ਨੇ ਪੁੱਛਿਆ ਜਮਾਲ ਘੋਟੇ ਦਾ ਕੋਈ ਫਾਇਦਾ ਹੋਇਆ ਜੀਜੀ ਨੇ ਕਿਹਾ ਹਾਂ ਉਲਟੀਆਂ ਕਰਨ ਨਾਲ ਡਿੱਗ ਪਿਆ ਇੰਨੇ ਚ ਮਾਸੀ ਰਹੀਮਨ ਘਿਓ ਲੈ ਕੇ ਆ ਗਈ ਜੀਜੀ ਨੂੰ ਪਿਆਇਆ ਘਿਓ ਪੀਣ ਪਿੱਛੋਂ ਜੀਜੀ ਨੂੰ ਆਰਾਮ ਆ ਗਿਆ ਅੰਮੀ 2-3 ਦਿਨ ਲਗਾਤਾਰ ਜੀਜੀ ਦਾ ਹਾਲਚਾਲ ਪੁੱਛਣ ਜਾਂਦੀ ਰਹੀ ਕੁਝ ਦਿਨਾਂ ਬਾਅਦ ਜੀਜੀ ਨੇ ਸੁੱਖ ਦਾ ਸਾਹ ਲਿਆ 1 ਮਹੀਨੇ ਦੇ ਅੰਦਰ ਅੰਦਰ ਉਹ ਬਿਲਕੁਲ ਠੀਕ ਹੋ ਗਈ ਜੀਜੀ ਦਾ ਸੁਭਾਅ ਹੁਣ ਪਹਿਲਾਂ ਵਰਗਾ ਨਹੀਂ ਸੀ ਪਹਿਲਾਂ ਬਿਲਕੁਲ ਸਿੱਧੀ ਸਾਦੀ ਵਿਚਾਰੀ ਜੀ ਲੱਗਦੀ ਸੀ ਕੋਈ ਕੁਝ ਕਹਿ ਵੀ ਦਿੰਦਾ ਤਾਂ ਚੁੱਪ ਧਾਰ ਲੈਂਦੀ ਔਰ ਤਾਂ ਕੱਪੜਿਆਂ ਦੀ ਸਿਵਾਈ ਲਈ ਤੰਗ ਕਰਦੀਆਂ ਉਹ ਹਾਂ ਹਾਂ ਕਰਦੀ ਰਹਿੰਦੀ ਹੁਣ ਕੋਈ ਜਲਦੀ ਸਿਉਣ ਲਈ ਕਹਿੰਦਾ ਤੇ ਗੁੱਸੇ ਚ ਆ ਕੇ ਕਹਿੰਦੀ ਕਿ ਮੈਂ ਕੋਈ ਮਸ਼ੀਨ ਦਾ ਹਾਂ ਨਹੀਂ ਸਿਵਾਏ ਨੰਬਰ ਵਾਰ ਸਿਵਾਈ ਨੰਬਰ ਵਾਰ ਕਰਕੇ ਦੇਾਂਗੀ ਹਾਸੇ ਠੱਠੇ ਚ ਮਜ਼ਾ ਹੁੰਦਾ ਸੀ ਕਦੀ ਕਦੀ ਉਹ ਖੁਦ ਵੀ ਹਾਸਾ ਮਜ਼ਾਕ ਕਰਨ ਲੱਗਦੀ ਸੀ ਤੇ ਕਦੀ ਕਦੀ ਉਹਦੀਆਂ ਅੱਖਾਂ ਚੱਥਰੂ ਵੀ ਆ ਜਾਂਦੇ ਸੀ। ਅੰਮੀ ਹੁੰਦੀ ਤਾਂ ਕਹਿੰਦੀ ਸੀ ਕਜ਼ੂ ਇੰਨਾ ਜ਼ਿਆਦਾ ਨਾ ਹੱਸਿਆ ਕਰ ਜਿਹੜੇ ਜ਼ਿਆਦਾ ਹੱਸਦੇ ਨੇ ਰੋਂਦੇ ਵੀ ਜ਼ਿਆਦਾ ਨੇ। ਜੀਜੀ ਨੱਕ ਤੇ ਉਂਗਲ ਰੱਖ ਕੇ ਕਹਿੰਦੀ ਹੁਣ ਤਾਂ ਕੁਝ ਹੱਸ ਲਈਏ ਰੋਂਣ ਲਈ ਤਾਂ ਸਾਰੀ ਉਮਰ ਪਈ ਏ। ਇੱਕ ਦਿਨ ਮੈਂ ਅੰਮੀ ਨਾਲ ਜੀਜੀ ਦੇ ਘਰ ਗਈ ਜੀਜੀ ਨਾ ਕੇ ਕੱਪੜੇ ਬਦਲ ਕੇ ਸ਼ੀਸ਼ਾ ਹੱਥ 'ਚ ਫੜੀ ਦੰਦਾਂ ਤੇ ਦੰਦਾਂ ਸਾਫਲ ਰਹੀ ਸੀ। ਅੰਮੀ ਨੇ ਜਾਂਦੀਆਂ ਖੰਗੂਰਾ ਜਾਂ ਮਾਰਿਆ। ਜੀਜੀ ਨੇ ਅਚਾਨਕ ਮੁੜ ਕੇ ਦੇਖਿਆ ਅੰਮੀ ਨੂੰ ਦੇਖਦੇ ਹੀ ਹੱਸ ਪਈ। ਮੈਂ ਅੰਮੀ ਨੂੰ ਪੁੱਛਿਆ ਅੰਮੀ ਅੱਜ ਤਾਂ ਜੀਜੀ ਦੁਲਹਨ ਲੱਗ ਰਹੀ ਏ ਹਾਂ ਬੇਟਾ ਜੀਜੀ ਵੀ ਤਾਂ ਦੁਲਹਨ ਏ ਮੈਂ ਪੁੱਛਿਆ ਜੀਜੀ ਤੁਹਾਡੀ ਉਮਰ ਕਿੰਨੀ ਹੋਏਗੀ ਜੀਜੀ ਹੱਸਦੀ ਹੋਈ ਬੋਲੀ ਮੰਮੜੀ 60 70 ਤਾਂ ਜ਼ਰੂਰ ਹੋਏਗੀ ਮਾਸੀ ਜੱਤਲ ਜਿਹੜੀ ਹੁੱਕਾ ਪੀ ਰਹੀ ਸੀ ਉਹਨੇ ਅੰਮੀ ਨੂੰ ਕਿਹਾ ਵਿਚਾਰੀ ਮੁਸੀਬਤਾਂ ਦੀ ਮਾਰੀ ਔਰਨਾ ਕੱਲ ਦੀ ਬੱਚੀ ਏ ਮੁਸ਼ਕਲ ਨਾਲ 24 25 ਦੀ ਹੋਏਗੀ ਤੇ ਜਦੋਂ ਮੇਰੀ ਸ਼ਾਦੀ ਹੋਈ ਸੀ ਉਦੋਂ ਮੇਰੇ ਖਿਆਲ ਚ 9 10 ਸਾਲ ਦੀ ਮਸੀਹ ਸੀ ਇੱਕ ਦਿਨ ਜੀਜੀ ਸਾਡੇ ਘਰ ਆਏ ਤੇ ਅੰਮੀ ਨੂੰ ਕਹਿਣ ਲੱਗੀ ਇਸ ਅਬਦੁੱਲਾ ਦੀ ਕਮੀਨੀ ਬੀਵੀ ਨੇ ਤਾਂ ਸਾਰੀ ਬਸਤੀ ਚ ਅੱਗ ਲਾ ਰੱਖੀ ਏ ਸਾਰਾ ਦਿਨ ਸਿਰ ਤੇ ਬੁਰਕਾ ਟੰਗੀ ਘਰ ਘਰ ਲੋਕਾਂ ਨੂੰ ਕਹਿੰਦੀ ਫਿਰਦੀ ਏ ਕਿ ਮੈਂ ਇਹਦੇ ਭਰਾ ਨੂੰ ਦੱਸਾਂਗੀ ਕਮੀਨੀ ਕਿਤੋਂ ਦੀ ਆਪਣੇ ਆਪ ਨੂੰ ਸੱਚੀ ਸੁੱਚੀ ਸਮਝਦੀ ਏ ਸਾਰਾ ਦਿਨ ਸਾਲੂ ਮੁਕਰ ਜੀ ਦੇ ਘਰ ਵੜੀ ਰਹਿੰਦੀ ਏ ਤੇ ਆਪਣੀ ਪੀੜੀ ਏ ਛੋਟਾ ਨਹੀਂ ਮਾਰਦੀ ਅੰਮੀ ਨੇ ਕਿਹਾ ਤੂੰ ਵੀ ਤਾਂ ਉਸ ਨਾਲ ਵੈਰ ਪਾਈ ਬੈਠੀ ਏ ਮੈਂ ਸੁਣਿਆ ਕਿ ਤੂੰ ਪਰਸੋਂ ਉਹਦੀ ਕੁਟਾਈ ਕਰਵਾਤੀ ਸੀ ਜੀਜੀ ਨੇ ਕਿਹਾ ਮੇਰੇ ਤਾਂ ਫਰਿਸ਼ਤਿਆਂ ਨੂੰ ਵੀ ਪਤਾ ਨਹੀਂ ਸਾਰਾ ਸਾਰਾ ਦਿਨ ਘਰੇ ਕਲੇਸ਼ ਪਾਈ ਰੱਖਦੀ ਏ ਜੁੱਤੀਆਂ ਨਹੀਂ ਖਾਏਗੀ ਤਾਂ ਹੋਰ ਕੀ ਹੋਏਗਾ ਇੱਕ ਰਾਤ ਅੱਬੂ ਨਮਾਜ਼ ਪੜਨ ਗਏ ਸੀ ਮੈਂ ਦੁੱਧ ਚੌਲ ਖਾ ਕੇ ਸੁੱਤੀ ਪਈ ਸੀ ਕਿ ਚਿੱਕਾਂ ਰੋਲੀ ਦੀ ਆਵਾਜ਼ ਸੁਣਾਈ ਦਿੱਤੀ ਅੰਮੀ ਨੇ ਕਿਹਾ ਕੁੜੀਏ ਛੱਤ ਤੇ ਚੜ ਕੇ ਦੇਖ ਤਾਂ ਕੀ ਹੋਇਆ ਤੇ ਮੈਂ ਦੌੜ ਕੇ ਛੱਤ ਤੇ ਚੜੀ ਤਾਂ ਦੇਖਿਆ ਮਾਮੇ ਦੇ ਇੱਕ ਹੱਥ 'ਚ ਡੰਡਾ ਹੈ ਦੂਜੇ 'ਚ ਜੀਜੀ ਦੀ ਗੁੱਤ ਤੇ ਮੈਂ ਉੱਥੋਂ ਹੀ ਜ਼ੋਰ ਨਾਲ ਕੂਕੀ ਅੰਮੀ ਜੀਜੀ ਮਾਰਤੀ ਅੰਮੀ ਨੇ ਦੌੜ ਕੇ ਬੁਰਕਾ ਪਾਇਆ ਚਲੀ ਗਈ ਪਰ ਦਰਵਾਜ਼ਾ ਅੰਦਰੋਂ ਬੰਦ ਸੀ ਅੰਮੀ ਘੁੰਮ ਕੇ ਜਤਲ ਦੇ ਘਰ ਗਈ ਜਤਲ ਨੇ ਚੀਕ ਸੁਣ ਕੇ ਕੰਨ ਤੇ ਚੜ ਕੇ ਅੰਦਰ ਛਾਲ ਮਾਰ ਦਿੱਤੀ ਤੇ ਉਹਦੇ ਪਿੱਛੇ ਅੰਮੀ ਵੀ ਗਈ ਅੰਮੀ ਵਿਚਾਰੇ ਖਲੋ ਗਈ ਤੇ ਮਾਮੇ ਨੂੰ ਸਮਝਾਉਣ ਲੱਗੀ ਭਰਾਏ ਤੇਰੇ ਲਈ ਚੰਗਾ ਹੈ ਕਿ ਜੱਗ ਹਸਾਈ ਨਾ ਕਰ ਆਖਰਕਾਰ ਮਾਮਾ ਬਾਹਰ ਚਲਾ ਗਿਆ ਤੇ ਮਾਸੀ ਉੱਥੇ ਹੀ ਬੈਠ ਗਈ ਹਲਦੀ ਤੇ ਤੇਲ ਗਰਮ ਕਰਕੇ ਮਾਲਿਸ਼ ਕਰਨ ਲੱਗੀ ਜੀਜੀ ਕਰਾਉਂਦੀ ਰਹੀ ਹੋ ਕੇ ਪਰ ਦੇ ਰਹੀ ਤੇ ਮੈਂ ਵੀ ਛੱਤ ਤੋਂ ਚੁੱਪਚਾਪ ਉਤਰ ਕੇ ਰੋਣ ਲੱਗ ਪਈ ਅੰਮੀ ਨੇ ਜੀਜੀ ਦੀ ਮਾਰ ਦੀ ਗੱਲ ਅੱਬੂ ਨੂੰ ਨਹੀਂ ਦੱਸੀ ਤੇ ਮੈਨੂੰ ਵੀ ਮਨਾ ਕਰ ਦਿੱਤਾ ਤੇ ਮੈਨੂੰ ਜੀਜੀ ਦੇ ਮਾਰ ਪੈਣ ਦਾ ਕਈ ਦਿਨ ਤੱਕ ਬੜਾ ਦੁੱਖ ਰਿਆ ਪਹਿਲਾਂ ਮੈਂ ਗੁੱਡੀਆਂ ਲਈ ਕਾਤਰੰਗ ਲੈਣ ਲਈ ਬੜੀ ਖਿੱਚ ਕਰਦੀ ਹੁੰਦੀ ਸੀ ਪਰ ਹੁਣ ਤਾਂ ਮੇਰਾ ਗੁੱਡੀਆਂ ਨੂੰ ਵੇਖਣ ਨੂੰ ਵੀ ਜੀ ਨਹੀਂ ਸੀ ਕਰਦਾ ਮੈਂ ਗੁੱਡੀਆਂ ਲਈ ਕਾਤਰਾਂ ਲੈਣੀਆਂ ਤੇ ਗੁੱਡੀਆਂ ਦੀ ਖੇਡ ਖੇਡਣੀ ਛੱਡ ਦਿੱਤੀ ਸੀ ਤੇ ਜਿਹੜੀ ਗੁੱਡੀਆਂ ਅਬਦੁੱਲਦੀ ਬੀਬੀ ਵਰਗੀ ਸੀ ਉਹਨੂੰ ਕੈਂਚੀ ਨਾਲ ਲੇਰੋ ਲੇਰ ਕਰ ਸੁਟਿਆ ਸੀ ਤੇ ਕਈ ਦਿਨ ਇੰਜ ਹੀ ਲੰਘ ਗਏ ਤੇ ਜੀਜੀ ਠੀਕ ਠਾਕ ਹੋ ਗਈ ਪਹਿਲਾਂ ਵਾਂਗੂ ਫੇਰ ਕੱਪੜੇ ਸਿਉਣ ਲੱਗੀ ਸਿਰਫ ਮਾਮੇ ਨਾਲ ਗੱਲ ਨਹੀਂ ਕਰਦੀ ਸੀ ਜਲਦੀ ਅੱਬੂ ਦੀ ਬਦਲੀ ਮੀਰਪੁਰ ਖਾਸ ਦੀ ਹੋ ਗਈ ਤੇ ਅਸੀਂ ਸਾਰੇ ਉੱਥੇ ਚਲੇ ਗਏ ਮੈਂ ਜੀਜੀ ਨੂੰ ਬੜਾ ਯਾਦ ਕਰਦੀ ਸੀ ਚਾਰ ਪੰਜ ਦਿਨ ਤਾਂ ਰੋਟੀ ਖਾਣ ਨੂੰ ਵੀ ਦਿਲ ਨਹੀਂ ਸੀ ਕੀਤਾ ਆਪਣੇ ਘਰ ਤੋਂ ਵੀ ਭੈ ਆਉਂਦਾ ਰਿਹਾ ਸਾਰਾ ਦਿਨ ਜੀਜੀ ਦੀਆਂ ਉਦਾਸ ਅੱਖਾਂ ਮੇਰੀਆਂ ਅੱਖਾਂ ਸਾਹਮਣੇ ਘੁੰਮਦੀਆਂ ਰਹਿੰਦੀਆਂ ਜੀਜੀ ਦੀ ਕੁਟਾਈ ਜਦੋਂ ਯਾਦ ਆਉਂਦੀ ਮੇਰੀ ਸਾਰੀ ਦੇਹ ਕੰਬਣ ਲੱਗਦੀ ਅੰਮੀ ਵੀ ਦਿਨ ਚ ਕਈ ਕਈ ਵਾਰ ਜੀਜੀ ਦਾ ਜ਼ਿਕਰ ਛੇੜ ਬੈਂਦੀ ਸੀ ਅਬੂ ਨੇ ਮੇਰੇ ਲਈ ਮਸ਼ੀਨ ਲਿਆ ਦਿੱਤੀ ਸੀ ਮੈਂ ਆਪਣੀ ਤੇ ਅੰਮੀ ਦੀ ਸਲਵਾਰ ਖੁਦ ਸੀ ਲੈਂਦੀ ਸੀ ਮੈਨੂੰ ਇੰਜ ਲੱਗਦਾ ਸੀ ਜਿਵੇਂ ਮਸ਼ੀਨ ਜੀਜੀ ਦੀ ਹੈ 2 ਸਾਲ ਬਾਅਦ ਅਬੂ ਨੇ ਫੇਰ ਆਪਣੀ ਬਦਲੀ ਹైదరాబాద్ ਦੀ ਕਰਵਾ ਲਈ ਬਦਲੇ ਦੀ ਗੱਲ ਸੁਣ ਕੇ ਮੈਂ ਬੜੀ ਖੁਸ਼ ਹੋਈ ਖੁਸ਼ੀ ਚ ਸਾਰੀ ਰਾਤ ਨੀਂਦ ਨਹੀਂ ਆਈ ਦੂਜੇ ਦਿਨ ਅਸੀਂ ਵਾਪਸ ਹైదరాబాద్ ਆ ਗਏ ਮੈਂ ਉੱਤਰਦੇਈ ਜੀਜੀ ਦੇ ਘਰ ਗਈ ਜੀਜੀ ਮਸ਼ੀਨ ਚਲਾ ਰਹੀ ਸੀ ਤੇਨ ਕੁੜੀਆਂ ਹੌਲੀ ਹੌਲੀ ਪੜ ਰਹੀਆਂ ਸਨ ਜੀਜੀ ਨੇ ਅੱਖਾਂ ਮਿਲਦਿਆਂ ਕਿਹਾ ਮੰਮੜੀ ਹੁਣ ਤਾਂ ਤੂੰ ਵੱਡੀ ਹੋ ਗਈ ਹੈ ਬਈ ਫਿਰ ਉਹ ਮੈਥੋਂ ਮੀਰਪੁਰ ਖਾਸ ਬਾਰੇ ਬਹੁਤ ਸਾਰੀਆਂ ਗੱਲਾਂ ਪੁੱਛਦੀ ਰਹੀ ਮੈਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਕਾਫੀ ਧੀਰ ਹੋ ਗਈ ਤੇ ਮੈਂ ਕਿਹਾ ਹੁਣ ਚਲਦੀਆਂ ਫੇਰ ਆਵਾਂਗੀ ਜੀਜੀ ਬੋਲੀ ਚਾਹ ਬਣਦੀ ਪਈਏ ਪੀ ਕੇ ਜਾਇ ਤੇ ਮੈਂ ਫੇਰ ਬੈਠ ਗਈ ਤੇ ਫੇਰ ਗੱਲਾਂ ਸ਼ੁਰੂ ਹੋ ਗਈਆਂ ਪਿੱਛੋਂ ਕਿਸੇ ਔਰਤ ਨੇ ਚਾਹ ਦਾ ਕੱਪ ਲੈ ਆ ਕੇ ਰੱਖ ਦਿੱਤਾ ਮੈਂ ਭੌਂ ਕੇ ਦੇਖਿਆ ਤੇ پاگل ਸ਼ੇਰੀਆਂ ਨਹੀਂ ਸੀ ਬੱਚੂ ਚਾਹ ਸੰਭਾਲ ਰੁੜ ਜਾਏਗੀ پاگل ਨੇ ਬੜੀ ਆਪਣਤ ਨਾਲ ਮੈਨੂੰ ਕਿਹਾ ਪਤਾ ਨਹੀਂ ਕਿਉਂ ਉਹਨੂੰ ਦੇਖ ਕੇ ਖੇਚੜਨ ਲੱਗ ਪਈ ਸੀ ਇੰਜ ਲੱਗਦਾ ਸੀ ਜਿਵੇਂ ਸਾਰੇ ਗੰਦੇ ਨੇ پاگل ਜੀਜੀ ਦਾ ਘਰ ਵਾਲਾ ਤੇ ਖੁਦ ਜੀਜੀ ਵੀ ਮੈਂ ਚਾਹ ਦੀਆਂ ਦੋ ਤਿੰਨ ਘੁੱਟਾਂ ਭਰੀਆਂ ਕੱਪ ਰੱਖ ਕੇ ਉੱਠ ਖੜੀ ਹੋਈ ਤੇ ਜੀਜੀ ਨੇ ਬੜੇ ਪਿਆਰ ਤੇ ਮੂੰਹ ਨਾਲ ਕਿਹਾ ਮੰਮੜੀ ਬੈਠ ਤਸੀ ਬੜੇ ਦਿਨਾਂ ਬਾਅਦ ਮਿਲੀ ਜੀਜੀ ਕਹਿ ਕੇ ਚੁੱਪ ਹੋ ਗਈ ਪਰ ਇੱਕ ਇੱਕ ਪਲ ਲਈ ਉਹ ਮੇਰੇ ਚਿਹਰੇ ਤੇ ਨਜ਼ਰ ਗੱਡ ਕੇ ਦੇਖਦੀ ਰਹੀ ਮੰਮੜੀ ਤੂੰ ਵੀ ਇਹੀ ਉਹਦੀ ਪੀੜ ਪਰੁੱਚੀ ਆਵਾਜ਼ ਸੁਣ ਕੇ ਮੈਂ ਕੰਬ ਗਈ ਮੈਨੂੰ ਸ਼ਰਮਿੰਦਗੀ ਜੀ ਮਹਿਸੂਸ ਹੋਈ ਫਿਰ ਮੈਂ ਉਹਦੇ ਮੂੰਹ ਹਲ ਵੇਖਿਆ ਚੰਨ ਵਰਗੀ ਸੂਰਤ ਜਿਵੇਂ ਹਨੇਰੇ ਚ ਏਕਦਮ ਚਾਨਣ ਹੋ ਗਿਆ ਹੋਵੇ ਉਹ ਰੋਈ ਨਹੀਂ ਫਿਰ ਵੀ ਕੱਥਰੂ ਪਤਾ ਨਹੀਂ ਕਿੰਜ ਛੁਪਲੇ ਚੋ ਕਿ ਉਹਦੀ ਕਮੀਜ਼ ਚ ਛਿਪਣ ਹੋ ਗਿਆ ਤੇ ਜਦੋਂ ਉਹਨੇ ਮੈਨੂੰ ਆਪਣੀਆਂ ਬਾਹਾਂ ਚ ਭਰ ਲਿਆ ਤਾਂ ਮੈਂ ਵੀ ਆਪਣੇ ਅਥਰੂ ਨਾਲ ਡੱਕ ਸਕੇ ਮੈਂ ਸੋਚਿਆ ਮੈਂ ਕਹਾ ਜੀਜੀ ਮੈਨੂੰ ਮਾਫ ਕਰ ਦੇ ਮੈਂ ਤੇਰੀ ਮੰਮੜੀ ਆ ਮੈਂ ਤੈਨੂੰ ਕਦੇ ਨਹੀਂ ਛੱਡਾਂਗੀ ਤੇਰੇ ਨਾਲ ਕਦੀ ਨਫ਼ਰਤ ਨਹੀਂ ਕਰਾਂਗੀ ਚਾਹੇ ਕੁਝ ਵੀ ਕਿਉਂ ਨਾ ਹੋ ਜਾਏ ਤੇਰੇ ਲਈ ਮੇਰਾ ਪਿਆਰ ਕਦੀ ਘਟ ਨਹੀਂ ਹੋਏਗਾ ਜੀਜੀ ਪਰ ਮੈਂ ਕੁਝ ਵੀ ਨਾ ਕਹਿ ਸਕੀ ਧੰਨਵਾਦ ਸਮਾਪਤ